ਕੌਂਸਲਰ ਜਨਰਲ ਤੁਹਾਡੇ ਕੋਲ ਆਏ ਨੇ ਆਪਣੀ ਟ੍ਰਿਬਿਊਟ ਜਿਹੜੀ ਆ ਉਹ ਕਰ ਰਹੇ ਨੇ। ਮੈਂ ਜਾਣਨਾ ਚਾਹਾਂਗਾ ਕਿ ਇੱਕ ਵਲੰਟੀਅਰ ਸਾਨੂੰ ਜ਼ਰੂਰ ਆਏ। ਗੁਲਾਟੀ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਵਿਚਾਰ ਵਟਾਂਦਰਾ ਕਈ ਵਾਰ ਚੈਨਲ ਦੇ ਉੱਤੇ ਕਰ ਚੁੱਕੇ ਹਾਂ। ਵਿਚਾਰ ਵਟਾਂਦਰਾ ਕਰਦੇ ਕਰਦੇ ਅਸੀਂ ਯਾਦ ਕੀਤਾ ਸੀਗਾ ਅਫਗਾਨਿਸਤਾਨ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਲਈ। 1 ਜੁਲਾਈ ਉਹ ਦਿਨ ਇੱਕਦਮ ਆਇਆ ਔਰ ਬਲਾਸਟ ਹੋਇਆ, ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ, ਸਾਡਾ ਮਾਣ ਹੋਣਾ ਸੀਗਾ, ਸਾਡਾ ਸਰ ਉੱਚਾ ਹੋਣਾ ਸੀਗਾ ਜਦ ਉਹ ਖਾਲਸਾ ਸਾਹਿਬ ਨੇ ਅਫਗਾਨ ਦੀ ਸੰਸਦ ਦੇ ਵਿੱਚ ਪਹੁੰਚਣਾ ਸੀਗਾ, ਲੇਕਿਨ ਉਸ ਤੋਂ ਪਹਿਲਾਂ ਉਹ ਅੱਜ ਨਹੀਂ ਰਹੇ। ਮੈਂ ਤਾਂ ਹੁਣ ਵੀ ਇਹੀ ਕਹਾਂਗਾ ਕਿ ਅੱਜ ਤੋਂ 500 ਸਾਲ ਤੋਂ ਜਦੋਂ ਵੀ ਉੱਥੇ ਸਿੱਖ ਸਮੁਦਾਇ ਵਸਦਾ, ਉੱਥੇ ਸਿਰਫ ਇਹ ਪਿਆਰ ਸਾਡੇ ਜਿਹੜੇ ਭਰਾ ਮੁਸਲਮਾਨ ਨੇ 500 ਸਾਲਾਂ ਤੋਂ ਅੱਜ ਤੱਕ ਉੱਥੇ ਰਿਹਾ ਔਰ ਰਹੇਗਾ। ਜੋ ਲੋਕ ਅਮਰੀਕਾ ਆ ਕੇ ਵੱਸ ਗਏ ਨੇ, ਕੈਨੇਡਾ ਜਾ ਕੇ ਵੱਸ ਗਏ ਨੇ, ਲੰਡਨ ਜਾ ਕੇ ਵੱਸ ਗਏ ਨੇ, ਇਹ ਉੱਥੇ ਜਿਹੜੇ ਦੁਸ਼ਮਣ ਅਨਸਰ ਨੇ ਉਹਨਾਂ ਕਰਕੇ ਹੋਏ ਨੇ ਕਿ ਆਪਣੀ ਜੋ ਜ਼ਿੰਦਗੀ ਹੈ ਉੱਥੇ ਠੀਕ ਨਹੀਂ ਸਮਝ ਸਕੇ ਨੇ, ਅਤੇ ਉਹਨਾਂ ਨੂੰ ਮਜਬੂਰਨ ਹੋਇਆ। ਇਹ ਨਹੀਂ ਕਿ ਸਿਰਫ ਉੱਥੋਂ ਦੇ ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਬਲਕਿ ਜਿਹੜੇ ਮੁਸਲਮਾਨ ਭਾਈਚਾਰੇ ਸਾਡੇ ਵੀ ਆਏ ਨੇ, ਉਹ ਵੀ ਕਾਬੁਲ ਛੱਡ ਕੇ ਕਈ ਦੁਨੀਆ ਦੇ ਕਈ ਹਿੱਸਿਆਂ ਵਿੱਚ ਜਾ ਕੇ ਵੱਸੇ ਨੇ। ਉਹ ਪਤਾ ਨਹੀਂ ਚੱਲਦਾ ਕਿੱਥੋਂ ਆ ਰਹੇ ਨੇ, ਹੈ ਤਾਂ ਬਾਹਰ ਦੀ ਕਿਸੇ ਕੰਟਰੀ 'ਚ ਤਾਂ ਹੋਣੇ ਨੇ ਜਿੱਥੋਂ ਕਿ ਇਹ ਕੰਮ ਹੋ ਰਿਹਾ, ਕਿ ਉਹ ਨਹੀਂ ਚਾਹੁੰਦੇ ਕਿ ਇਹਨਾਂ ਦਾ ਪਿਆਰ ਜੋ ਹੈ ਘੱਟ ਗਿਣਤੀਆਂ ਵਿੱਚ ਰਹੇ ਔਰ ਅਸੀਂ ਉੱਥੇ ਰਹਿ ਸਕੀਏ। ਅਵਤਾਰ ਸਿੰਘ ਖਾਲਸਾ ਦੀ ਜੇਕਰ ਗੱਲ ਕਰੀਏ, ਦਰਸ਼ਕੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਮਾਣ ਵਧਾਉਣਾ ਸੀਗਾ ਅਫਗਾਨ ਦੀ ਸੰਸਦ ਦੇ ਵਿੱਚ ਜਾ ਕੇ, ਪਹਿਲੇ ਕਈ ਦਹਾਕਿਆਂ ਬਾਅਦ ਸਿੱਖ ਹੁੰਦੇ ਪੱਗ ਪਹਿਣ ਕੇ ਪਹੁੰਚਦੇ ਔਰ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦੇ, ਲੇਕਿਨ ਹੁਣ ਮੈਨੂੰ ਬੜੇ ਹੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਮੇਰੇ ਨਾਲ ਹੋਰ ਵੀ ਪ੍ਰਬੰਧਕ ਮੌਜੂਦ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਇਸ ਮੁਤਲਕ ਕੀ ਕੁਛ ਵਿਚਾਰ ਸਾਂਝਾ ਕਰਨੇ ਚਾਹੁੰਦੇ ਨੇ। ਹਾਂ, ਸਾਡਾ ਬੜਾ ਦੁੱਖ ਹੋਇਆ। ਵੈਸੇ ਸਾਨੂੰ ਜਿਹੜੇ ਕਿ ਟਾਰਗੇਟ ਹੋਏ ਹੈ ਸਾਡੇ ਜਿਤਨੇ ਜਲਵਾਂ ਦੇ ਵੀ ਲੋਕ ਗਏ, ਬੜੀ ਬੜੀ ਦਿਲ ਸਾਡਾ ਅੰਦਰੋਂ ਅੰਦਰੋਂ ਸੜ ਰਿਹਾ, ਕਿਉਂਕਿ ਕੋਈ ਛੋਟੇ ਲੋਕ ਨਾ ਆਏ, ਸਾਰੇ ਲੀਡਰ ਆਏ। ਇਸ ਲੀਡਰ ਦੇ ਵਿੱਚ ਉਹ ਸਾਰੇ ਅਫਗਾਨਿਸਤਾਨ ਨੂੰ, ਸਾਰੀ ਸਮਿਤ ਨੂੰ, ਸਾਰੀ ਸੰਸਾਰ, ਜਿਸ ਤਰ੍ਹਾਂ ਕਿ ਅਫਗਾਨਿਸਤਾਨ ਦੇ ਵਿੱਚ ਜਿਤਨੇ ਆਏ, ਉਹਨਾਂ ਦੀ ਹੈਲਪ ਕਰਨਾ, ਗੁਰਦੁਆਰਿਆਂ ਦੀ ਹੈਲਪ ਕਰਨਾ, ਮੰਦਰਾਂ ਦੀ ਹੈਲਪ ਕਰਨਾ, ਇਸ ਤਰ੍ਹਾਂ ਦਾ ਫਰਜ਼ ਆਇਆ। ਇਹਨਾਂ ਨੇ ਕਸਮ ਚੁੱਕੀ ਕਿ ਭਾਵੇਂ ਸਾਰੀ ਦੁਨੀਆ ਚਲੀ ਜਾਵੇ, ਬਾਹਰ ਅਸੀਂ ਨਹੀਂ ਜਾਂਦੇ ਹਾਂ। ਔਰ ਸਾਨੂੰ ਇਹ ਵੀ ਉਮੀਦ ਸੀ ਕਿ ਇਹ ਸਾਨੂੰ ਮੁੜ ਕੇ ਅਫਗਾਨਿਸਤਾਨ ਨੂੰ ਅਸਾਂ ਜ਼ਿੰਦਾ ਕਰਦੇ ਸਨ ਸਾਡੇ ਇਹਨੂੰ ਸਿੱਖਾਂ ਵਾਸਤੇ। ਬਸ ਮੈਂ ਇੱਕ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਹੋਰ ਲੈ ਲਵਾਂ ਕਿ ਉਹ ਅਫਗਾਨਿਸਤਾਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਉਹ ਦੇਸ਼ ਔਰ ਉਹ ਸੂਬਾ ਜਲਾਲਾਬਾਦ ਜਿੱਥੇ ਘੱਟ ਗਿਣਤੀਆਂ ਦੀ ਜੇਕਰ ਗੱਲ ਕਰੀਏ, ਸਿੱਖ ਭਾਈਚਾਰੇ ਦੀ ਗੱਲ ਕਰੀਏ, ਤਾਂ ਪੂਰੇ ਵਰਲਡ ਦਾ ਪਹਿਲਾ ਗੁਰਦੁਆਰਾ ਸਾਹਿਬ ਜਿਹੜਾ ਉਹ ਅਫਗਾਨਿਸਤਾਨ ਦੇ ਵਿੱਚ ਉਸਾਰਿਆ ਗਿਆ ਸੀਗਾ। ਧੱਕਾ 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 ਸੁਣਦੇ ਹਾਂ, ਸਿੱਖਾਂ ਦਾ ਬੋਲਬਾਲਾ ਸੁਣਦੇ ਹਾਂ ਜਦ ਹੋਇਆ ਤਾਂ ਸਾਨੂੰ ਧੱਕਾ ਸਹਿਣਾ ਪੈਂਦਾ, ਕਿਉਂ ਹੁੰਦਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਜੋ ਉੱਥੋਂ ਦੇ ਇਤਿਹਾਸਕ ਗੁਰਦੁਆਰੇ ਨੇ, ਇਹ ਜਿਹੜੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹ ਲੋਕ ਵੀ ਬਾਹਰ ਆ ਸਕਦੇ ਸੀਗੇ, ਅਮੈਰੀਕਾ ਆ ਸਕਦੇ ਸੀਗੇ, ਹੋਰ ਕੰਟਰੀ ਜਾ ਸਕਦੇ ਸੀਗੇ, ਲੇਕਿਨ ਇਹਨਾਂ ਨੇ ਪ੍ਰਣ ਕੀਤਾ ਕਿ ਵੀ ਨਹੀਂ, ਅਸੀਂ ਇੱਥੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ, ਕੁਐਸਚਨ ਕੀਤਾ, ਉੱਥੇ ਗੁਰੂ ਨਾਨਕ ਮਹਾਰਾਜ ਦਾ ਗੁਰਦੁਆਰਾ ਹੈ, ਕਾਫੀ ਪੁਰਾਣੇ ਸਮੇਂ ਤੋਂ, ਜੋ ਜਲਾਲਾਬਾਦ ਦੇ ਵਿੱਚ ਜੋ ਇੱਕ ਚਸ਼ਮਾ ਸਾਹਿਬ ਹੈ, ਗੁਰੂ ਨਾਨਕ ਸਾਹਿਬ ਜਦੋਂ ਆਪਣੀ ਯਾਤਰਾ ਦੌਰਾਨ ਉੱਤੇ ਗਏ ਤਾਂ ਉਹ ਚਸ਼ਮਾ ਉੱਥੇ ਉਹਨਾਂ ਨੇ ਪਾਣੀ ਦਾ ਕੱਢਿਆ ਲੋਕਾਂ ਦੀ ਸਹੂਲਤ ਵਾਸਤੇ। ਸੋ ਇਸ ਤਰ੍ਹਾਂ ਦੀ ਕਈ ਯਾਦਗਾਰ ਹੈਗੀਆਂ ਨੇ। ਔਰ ਇਹ ਜਿਹੜੇ ਸਿੱਖ ਭਰਾ ਸਾਡੇ ਪਰਿਵਾਰ ਰਹਿ ਰਹੇ ਸਨ, ਇਹਨਾਂ ਦਾ ਮੇਨ ਪਰਪਜ਼ ਜਿਹੜਾ ਸੀਗਾ ਉੱਥੋਂ ਦੇ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ, ਮੇਨ ਪਰਪਜ਼ ਇਹ ਸੀਗਾ। ਉਸ ਤੋਂ ਬਾਅਦ ਜੋ ਇਹ ਹਾਦਸਾ ਹੋਇਆ ਹੈ, ਸਾਡੀ ਮੇਨ ਸਟੀਮ ਦੇ ਜਿਹੜੇ ਮੇਨ ਸਾਡੇ ਲੀਡਰ ਸਨ ਜਾ ਚੁੱਕੇ ਨੇ, ਉਮੀਦ ਹੈ ਹੋਰ ਯੰਗ ਬੱਚੇ ਅੱਗੇ ਆਉਣਗੇ ਔਰ ਸਾਨੂੰ ਦੇਖਣਾ ਪਏਗਾ ਕਿ ਉਹ ਉੱਥੇ ਰਹਿਣਾ ਚਾਹੁੰਦੇ ਨੇ। ਅਸੀਂ ਜ਼ਰੂਰ ਚਾਹਵਾਂਗੇ ਗ੍ਰਹਿਮੰਦ, ਕਿਉਂਕਿ ਸਾਡੀ ਹਿਸਟਰੀ 500 ਸਾਲ ਤੋਂ ਜ਼ਿਆਦਾ ਪੁਰਾਣੀ ਹਿਸਟਰੀ ਹੈ, ਅਸੀਂ ਸਾਡੇ ਪਰਿਵਾਰ ਉੱਥੇ ਰਹਿ ਰਹੇ ਨੇ। ਸੋ ਮੈਂ ਸਮਝਦਾ ਕਿ ਜ਼ਿਆਦਾ ਲੋਕ ਉੱਥੇ ਰਹਿਣਾ ਚਾਹਣਗੇ ਔਰ ਅਸੀਂ ਪੂਰੀ ਇੱਥੋਂ ਜੋ ਵੀ ਸਪੋਰਟ ਕਰ ਸਕਦੇ ਹਾਂ ਅਸੀਂ ਉਹਨਾਂ ਦੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਹੈ ਅਤੇ ਤੁਸੀਂ ਦੁਨੀਆ ਵਿੱਚ ਵੇਖਦੇ ਹੋ ਵੀ ਜਿੱਥੇ ਕਿਤੇ ਲੋੜ ਪਏ ਲੰਗਰ ਚੱਲਦੇ ਨੇ, ਭੁੱਖਿਆਂ ਨੂੰ ਭੋਜਨ ਮਿਲਦਾ, ਨੰਗਿਆਂ ਨੂੰ ਬਸਤਰ ਦਿੰਦੇ ਨੇ, ਦੁਖੀਆਂ ਨੂੰ ਦਵਾਈ ਦਾਰੂ ਦਿੰਦੇ ਨੇ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਨਾਲ ਅਕਸਰ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਜਾਂ ਤਾਂ ਜਿਹੜੇ ਅਸੀਂ ਕੰਮ ਕਰਦੇ ਹਾਂ ਇਹ ਲੋਕ ਉਹਨਾਂ ਤੋਂ ਖੁਸ਼ ਨਹੀਂ ਅਤੇ ਤਾਂ ਇਹ ਕਰਦੇ ਨੇ, ਅਤੇ ਜਾਂ ਉਹਨਾਂ ਨੂੰ ਇਹ ਗਿਆਨ ਨਹੀਂ ਕਿ ਸਰਬੱਤ ਦਾ ਭਲਾ ਕੀ ਹੁੰਦਾ। ਅਫਗਾਨਿਸਤਾਨ ਦੇ ਵਿੱਚ ਜੋ ਕੁਛ ਵਾਪਰਿਆ ਇੱਕ ਵਾਰ ਦਿਲ ਨੂੰ ਵਲੁੰਦਰ ਗਿਆ। ਇੰਨੀ ਵੱਡੀ ਮੰਦਭਾਗੀ ਘਟਨਾ,
फिर वो बंदे जिहड़े सरबत दा भला करन वाले धर्म नूं सिक्खी नूं अगे तोरन वाले गुरद्वारियां दा प्रबंध करन वाले अते उत्थे दुखियां दी बांह फड़न वाले उन्हां उत्ते जिहड़ा ये मंदभागी घटना वापरी है ते जिहदे विच पतवंते सज्जन जिहड़े मारे गए चाहे वह सिख सन चाहे हिंदू सन चाहे वह मुसलमान कोई भी होवे जिहड़ा निर्दोष मरदा है उहदा सारयां नूं दुख हुंदा है तो उन्हां दे दुख विच शरीक होण लई मैं गुरद्वारा बाबा मक्खन शाह लबाणा सिख सेंटर न्यूयॉर्क तो उत्थों दी समूह प्रबंधक कमेटी खास तौर पर सरदार रघबीर सिंह जी बब्बी मुख सेवादार उत्थों दी सारी संगत उत्थों दे सारे स्टाफ वालों मैं उन्हां शहीदां नूं श्रद्धा दे फुल भेट करदा अते ओ विछड़ियां आत्मा लई गुरु चरणां विच अरदास करदा सतगुरु कृपा करन उन्हां आत्मावां नूं अपने चरणां विच निवास बख्शन उन्हां दे बच्चियां नूं उन्हां दे परिवारां नूं उन्हां दे मित्रां दोस्तां नूं ते वैसे ये घटना हर सिख दे मन विच दुख दे के गई हर सिख नूं इहदा दुख होया ते हर सिख दा मन दुखिया है मैं समझदा वी सिख कौम लई इक हमदर्दी वाला समां है जदों हर इक दे मन विच दुख हो रहा तो सारयां नूं असीं अरदास करदे हां सतगुरु चढ़दियां कला बख्शन इहो जे साके बड़े सिख कौम ने हंडाए ने बहुत वार वापरे ने ते अगों भी घट नहीं रहने वापरदे ही रहने ने तो सतगुरु पातशाह कृपा करन अपनी कौम नूं चढ़दियां कला बख्शन जिहड़े इहो जे मनुख हुंदे ने सदियां बाद पैदा हुंदे ने इह कोई रोज़ रोज़ पैदा नहीं हुंदे इहो जे जिहड़े कौम की सेवा करन वाले अगे वधन वाले धर्म नूं अगे लैके जाण वाले धार्मिक स्थानां दी राखी करन वाले ते सरबत दा भला करन वाले सतगुरु पातशाह कृपा करन उन्हां विछड़ियां आत्माओं नूं अपने चरणां विच निवास बख्शन ते मैं समूह उन्हां शहीदां नूं ते श्रद्धा दे फुल भेट करदा उन्हां दे परिवारां नाल ते मित्रां दोस्तां नाल हमदर्दी प्रगट करदा जिथे भी लोड़ होगी असी गुरद्वारा बाबा मक्खन शाह लबाणा सिख सेंटर दी समूह प्रबंधक कमेटी सारियां संगतां तुहाडे नाल होवांगे जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਸਿੰਘ ਵੋਰਾ ਅੱਜ ਜੋ ਵਾਕਿਆ ਬੜਾ ਦੁਖੀ ਵਾਲਾ ਦੁਖੀ ਹਿਰਦੇ ਨਾਲ ਅਸੀਂ ਕਹਿੰਦੇ ਹਾਂ ਜੋ ਜਲਾਲਾਬਾਦ ਦੇ ਵਿੱਚ ਸ਼ਹੀਦੀ ਹੋਈ ਹੈ ਬਹੁਤ ਭਾਰਾ ਨੁਕਸਾਨ ਹੈ ਸਾਡੇ ਸਿੱਖ ਜਗਤ ਨੂੰ ਔਰ ਅਸੀਂ ਇਸ ਦੀ ਕੰਡੈਮ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਸੋਚੋ ਮੇਰੀ 11 ਸਾਲ ਦੀ ਲੜਕੀ ਹੈ ਠੀਕ ਹੈ ਮੈਂ ਦਿਨ ਦੇ 3 ਵਾਰ ਉਸਨੂੰ ਦੁੱਧ ਪਿਲਾਉਣਾ ਬੇਟੀ ਦੁੱਧ ਪੀਆ ਤੁਸੀਂ ਸੋਚੋ ਜੀ ਇਹ ਬੱਚਾ ਦਾ ਕੀ ਹੋਏਗਾ ਇਹ ਛੋਟੇ ਛੋਟੇ ਬੱਚੇ ਦਾ ਕੀ ਹੋਏਗਾ ਮੈਨੂੰ ਜ਼ਿਆਦਾ ਕੁਛ ਪਤਾ ਨਹੀਂ ਹੈ ਗੌਰਮੈਂਟ ਯੂਨਾਈਟਿਡ ਨੇਸ਼ਨ ਅਮੈਰੀਕਨ ਗਵਰਨਮੈਂਟ ਇੰਡੀਅਨ ਇਹ ਸਾਰੀ ਗੱਲਾਂ ਨੇ ਜੀ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕੀ ਕਰ ਸਕਦੇ ਹੋ ਮੈਂ ਕੀ ਕਰ ਸਕਦਾ ਸਾਨੂੰ ਸਾਰੇ ਇਕਮੁੱਠ ਹੋ ਕੇ ਇਹ ਸਾਰੇ ਜਿਹੜੇ 1000-2000 ਜਿਹੜਾ ਸਾਡਾ ਗਰੀਬ ਗੁਰਬਾ ਰਹਿੰਦਾ ਅਫਗਾਨਿਸਤਾਨ ਵਿੱਚ ਕਈ ਲੋਕਾਂ ਕੋਲ ਪਾਸਪੋਰਟ ਦੇ ਪੈਸੇ ਨਹੀਂ ਹੈਗੇ ਕਈ ਲੋਕਾਂ ਕੋਲ ਇੰਡੀਆ ਆਉਣ ਦਾ ਕੋਈ ਬੰਦੋਬਸਤ ਨਹੀਂ ਹੈ ਖਾਣੇ ਦੇ ਪੈਸੇ ਨਹੀਂ ਹੈਗੇ ਲੋਕ ਗੁਰਦੁਆਰੇ ਰਹਿੰਦੇ ਨੇ ਅਤੇ ਉਹਨਾਂ ਦਾ ਕੀ ਕੀਤਾ ਜਾਏਗਾ ਉਹਨਾਂ ਦਾ ਫਿਊਚਰ ਕੀ ਹੋਏਗਾ ਉਹਨਾਂ ਦੀ ਸੇਫਟੀ ਕੌਣ ਕਰੇਗਾ ਅਸਾਂ ਤੁਹਾਨੂੰ ਇਹ ਸੋਚਣਾ ਹੈ ਬਾਕੀ ਇਹ ਨਹੀਂ ਜੇ ਨਵੀਂ ਗੱਲ ਨੌ ਦਿਨ ਹਰ ਕੋਈ ਵਾਲੇ ਘਰ ਗਿਆ ਐਵਰੀਬਡੀ ਵਿਲ ਫੋਰਗੈਟ ਐਵਰੀਥਿੰਗ ਮੇਰੀ ਰੋਹ ਹਿਲ ਗਈ ਹੈ ਜੀ ਮੈਂ 3 ਦਿਨ ਦਾ ਨਹੀਂ ਸੁੱਤਾ ਆਈ ਐਮ ਵੈਰੀ ਸਿੰਪਲ ਪਰਸਨ ਮੈਂ ਕੋਈ ਵੱਡਾ ਬੰਦਾ ਨਹੀਂ ਆਈ ਐਮ ਨਾਟ ਅ ਮੈਂਬਰ ਆਫ ਗੁਰਦੁਆਰਾ ਔਰ ਐਨੀਥਿੰਗ ਆਈ ਐਮ ਅ ਹਿਊਮਨ ਬੀਇੰਗ ਮੇਰੀ ਰੋਹ ਹਿਲ ਗਈ ਹੈ ਮੈਂ 8 ਸਾਲ ਦਾ ਬੱਚੇ ਦਾ ਇੰਟਰਵਿਊ ਦੇਖਿਆ ਭੈਣਾਂ ਦੇ ਭਰਾ ਗੁਜ਼ਰ ਗਏ ਮਾਵਾਂ ਦੇ ਬੱਚੇ ਗੁਜ਼ਰ ਗਏ ਕਈ ਕਈ ਸਰੀਰ ਦੀ ਕੋਈ ਬਾਡੀ ਨਹੀਂ ਮਿਲੀ ਕੋਈ ਅੰਕ ਨਹੀਂ ਮਿਲਿਆ ਬੰਦਾ ਗਿਆ ਕਿੱਥੇ ਛੋਟੇ ਉਸ ਗੁਰਦੁਆਰੇ ਮੈਂ ਵੱਡਾ ਹੋਇਆ ਜੀ ਜਿੱਥੇ ਅਸੀਂ ਨਿੱਕੇ ਨਿੱਕੇ ਖੇਡੇ ਸੀ ਘਰ ਦੇ ਪਰਵਾਨ ਅੱਜ ਤੱਕ ਅਸੀਂ ਪ੍ਰਾਊਡ ਕਰਨੇ ਹਾਂ ਐਸਾ ਗੁਰਦੁਆਰਾ ਜਹਾਨ ਇਸ ਨਹੀਂ ਹੈਗਾ ਘਰ ਦੇ ਪਰਵਾਨ ਦਾ ਗੁਰਦੁਆਰਾ ਮੈਂ ਉੱਥੇ ਵੱਡਾ ਹੋਇਆ ਜੀ 15-20 ਸਾਲ ਜਿਸ ਗੁਰਦੁਆਰੇ ਅਸੀਂ ਲੰਗਰ ਖਾਂਦੇ ਸਾਂ ਛੋਟੇ ਛੋਟੇ ਖੇਡੇ ਸਾਂ ਉੱਥੇ ਛੋਟੇ ਛੋਟੇ ਬੱਚੇ ਅੱਜ ਰੋ ਰਹੇ ਨੇ ਉਹਨਾਂ ਦੇ ਮਾਂ ਪਿਓ ਉਹਨਾਂ ਦੇ ਗੁਜ਼ਰ ਗਏ ਨੇ ਮੈਂ ਤੁਹਾਡੇ ਕੋਲ ਪੋਲਚੁੱਕ ਦੀ ਸ਼ਮਾ ਮੰਗਣਾ ਕੋਈ ਗਲਤੀ ਹੋ ਗਈ ਬੱਚਾ ਸਮਝ ਕੇ ਮਾਫ਼ ਕਰ ਦੇਣਾ ਤੁਸੀਂ ਸਾਰੇ
मिल के एक हाथ होना है कि वो जड़े हज़ार दो हज़ार जड़े जड़े लोग काबल परेशान जड़े रो रहे हैं जी, असी तो जी घर जावे भुल जावे जी, कल किसी नु याद नहीं, आप हर कोई अपने काम कारे बिजी हो जाएगा। मैं तो हाथ जोड़ना जी कि तुसी सारे मिल के जी ये जड़े जड़ी जड़ी संगत रह गई अफगानिस्तान उन्हें सारे एक होके उन्हें कुछ सोचा जाए जी, फाइनेंशियली हर चीज़ एक गला बड़ी ईजी नहीं जी, गवर्नमेंट करेगी हो गए कोई नहीं करता जी। जड़ी गल है जी, कहें मेरे प्यो कहता सी कज बिशी रास बगो, चाहे तुसी टेढ़े बैठो मगर गल सीधी करो, सच्ची गल करो, ठीक है जी। मैं थोड़ा और समय नहीं लेना जी, पोल चौक की खमा, वाहेगुरु जी का खालसा वाहेगुरु जी की फतेह। तुसी वेख्या कि सिख बुद्धिजीवी जिहड़े इत्थे मौजूद ने, सिख जिहड़ी नुमाइंदगी करते हैं सिखां दी, और जिहड़े प्रबंधक गुरुद्वारा साहिब दे विच मौजूद ने, उन्होंने अपनी अपनी प्रतिक्रिया दी। तो मैं जाते जाते इस विचार वटांदरे दे विच गुलाटी जी मैं कुछ कहना चाहते, जानने की कोशिश करते हो इस मुतलक की कुछ कहना चाहते। मैं यह दसागा कि साढ़े विच जो कौंसल जनरल जो आए ने अब्दुल सत्तार अखबीन, इन्हों का मैं धन्यवाद करांगा। इन्होंने एक बड़ी वड्डी गल अज दसी कि अवतार सिंह दे शहीद होने तो बाद, अवतार सिंह जी के शहीद होने तो बाद असी जो उतों की पार्लीमेंट है उन्होंने इजलास असी बंद कर रखी है, जब तक कि असी एक मिनोरिटी एक दूसरा बंद असी चुन नहीं लेंगे। सो यह बड़ी वड्डी खबर है साढ़े वास्ते और बहुत खुशी की गल है। बहुत बहुत धन्यवाद जी। तो इसे दे नाल इस प्रोग्राम दे विच हजे मैं तुहाडे तो इजाजत नहीं लै रहा, मैं दसांगा कई सवाल जिहड़े मैं पुछे सीगे जानने की कोशिश करांगे हुण संगत तो, कि संगत इस मुतलक अपने की कुछ विचार साढ़े नाल साझा करने चाहती है। फिलहाल रुक रहे हैं एक निक्के जे वक्फे लई, लेकिन वक्फे तो बाद भी साडी है खास पेशकश बदस्तूर जारी है।